ਆਪ ਸਭ ਨੂੰ ਸਤਿ ਸ਼੍ਰੀ ਅਕਾਲ ਦੋਸਤੋ 1 ਫਰਵਰੀ 2024 ਦੇਸ਼ ਦੇ ਵਿੱਤ ਮੰਤਰੀ ਨਿਰਮਲਾ ਸੀ타ਰਮਨ ਜੀ ਨੇ ਦੇਸ਼ ਦਾ ਬਜਟ ਪੇਸ਼ ਕੀਤਾ ਸੋ ਅੱਜ ਦੇ ਬਜਟ ਦੇ ਵਿੱਚ ਆਮ ਲੋਕਾਂ ਦੇ ਲਈ ਖਾਸ ਕੀ ਸੀ ਕਿ ਟੈਕਸ ਸਲੈਬ ਦੇ ਵਿੱਚ ਕੋਈ ਰਾਹਤ ਜਿਹੜੀ ਹੈ ਵਿੱਤ ਮੰਤਰੀ ਸਾਹਿਬ ਨੇ ਦਿੱਤੀ ਸੋ ਆਓ ਇਸ ਬਾਰੇ ਜਾਣਕਾਰੀ ਲੈਣੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਮੈਂ ਦੱਸਦਾ ਕਿ ਅੱਜ ਦਾ ਜਿਹੜਾ ਬਜਟ ਹੈ ਉਹ ਫੁੱਲ ਬਜਟ ਨਹੀਂ ਸੀ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਨਹੀਂ ਔਰ ਚੋਣਾਂ ਤੋਂ ਬਾਅਦ ਹੀ ਜਿਹੜਾ ਹੈ ਸੰਪੂਰਨ ਬਜਟ ਪੇਸ਼ ਕੀਤਾ ਜਾਵੇਗਾ ਅੱਜ ਦਾ ਜਿਹੜਾ ਬਜਟ ਹੈ ਉਹ ਇੰਟਰਿਮ ਬਜਟ ਸੀ ਸਭ ਤੋਂ ਪਹਿਲਾਂ ਦੋਸਤੋ ਗੱਲ ਕਰਦੇ ਆ ਇਨਕਮ ਟੈਕਸ ਸਲੈਬਸ ਬਾਰੇ ਕਿ ਇਨਕਮ ਟੈਕਸ ਸਲੈਬਸ ਦੇ ਵਿੱਚ ਕੋਈ ਛੋਟ ਜਿਹੜੀ ਹੈ ਸਰਕਾਰ ਨੇ ਦਿੱਤੀ ਜਾਂ ਫਿਰ ਨਹੀਂ ਸੋ ਮੈਂ ਦੱਸਦਾ ਕਿ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਰਾਹਤ ਜਿਹੜੀ ਹੈ ਇਨਕਮ ਟੈਕਸ ਸਲੈਬ ਦੇ ਵਿੱਚ ਨਹੀਂ ਦਿੱਤੀ ਗਈ ਇਨਕਮ ਟੈਕਸ ਸਲੈਬਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਬਦਲਾਅ ਇਸ ਵਾਰ ਦੇ ਬਜਟ ਦੇ ਵਿੱਚ ਨਹੀਂ ਕੀਤਾ ਗਿਆ। ਨਿਊ ਟੈਕਸ ਰੈਜ਼ਾਈਮ ਪੁਰਾਣੀ ਟੈਕਸ ਰੈਜ਼ਾਈਮ ਦੀ ਜੇਕਰ ਗੱਲ ਕਰੀਏ ਤਾਂ ਉਹੀ ਜਿਹੜੀਆਂ ਸਲੈਬਸ ਨੇ ਪਹਿਲਾਂ ਵਾਲੀਆਂ ਹੀ ਚਲਦੀਆਂ ਰਹਿਣਗੀਆਂ। ਪੁਰਾਣੀ ਟੈਕਸ ਸਲੈਬ ਦੀ ਗੱਲ ਕਰੀਏ ਤਾਂ 2.5 ਲੱਖ ਤੱਕ ਤੁਹਾਨੂੰ ਕੋਈ ਟੈਕਸ ਨਹੀਂ ਦੇਣਾ ਹੋਵੇਗਾ। 2.5 ਲੱਖ ਤੋਂ 5 ਲੱਖ ਤੱਕ 5% ਫਿਰ 5 ਲੱਖ ਤੋਂ 10 ਲੱਖ ਤੱਕ 20% ਫਿਰ 10 ਲੱਖ ਤੋਂ ਉੱਪਰ ਜਿਹੜਾ ਹੈ 30% ਟੈਕਸ ਜਿਹੜਾ ਹੈ ਪੁਰਾਣੀ ਸਲੈਬਸ ਵਿੱਚ ਦੇਣਾ ਹੋਵੇਗਾ। ਨਵੇਂ ਟੈਕਸ ਸਲੈਬਸ ਦੀ ਗੱਲ ਕਰੀਏ ਤਾਂ 3 ਲੱਖ ਤੱਕ ਕੋਈ ਟੈਕਸ ਨਹੀਂ ਹੋਵੇਗਾ 3 ਤੋਂ 6 ਲੱਖ ਤੱਕ 5% 6 ਲੱਖ ਤੋਂ 9 ਲੱਖ ਤੱਕ 10% 9 ਲੱਖ ਤੋਂ 12 ਤੱਕ 15% ਔਰ ਇਸੇ ਤਰ੍ਹਾਂ ਹੀ ਸਲੈਬ ਜਿਹੜੇ ਨੇ ਅੱਗੇ ਵੀ ਚੱਲਦੇ ਰਹਿਣਗੇ ਯਾਨੀ ਕਿ ਟੈਕਸਿਸ ਦੇ ਵਿੱਚ ਕਿਸੇ ਤਰ੍ਹਾਂ ਦੀ ਛੋਟ ਜਿਹੜੀ ਹੈ ਸਰਕਾਰ ਨੇ ਨਹੀਂ ਦਿੱਤੀ ਹਾਲਾਂਕਿ ਵਿੱਤ ਮੰਤਰੀ ਸਾਹਿਬ ਨੇ ਜਾਣਕਾਰੀ ਜ਼ਰੂਰ ਦਿੱਤੀ ਕਿ ਪਿਛਲੇ ਸਾਲ ਨਾਲੋਂ ਟੈਕਸ ਪੇ ਕਰਨ ਵਾਲਿਆਂ ਦੀ ਗਿਣਤੀ ਜਿਹੜੀ ਹੈ ਜ਼ਰੂਰ ਵਧੀ ਹੈ ਪਰ ਟੈਕਸ ਸਲੈਬਸ ਦੇ ਵਿੱਚ ਜਿਹੜੀ ਹੈ ਕੋਈ ਰਾਹਤ ਇਸ ਵਾਰ ਨਹੀਂ ਦਿੱਤੀ ਗਈ ਇਸ ਤੋਂ ਇਲਾਵਾ ਇਨਕਮ ਟੈਕਸ ਦੀ ਹੀ ਜੇਕਰ ਗੱਲ ਕਰੀਏ ਦੋਸਤੋ ਤਾਂ ਇੱਕ ਵੱਡੀ ਰਾਹਤ ਜਿਹੜੀ ਹੈ 1 ਕਰੋੜ ਦੇ ਕਰੀਬ ਟੈਕਸ ਪੇਅਰਸ ਨੂੰ ਜਿਹੜੀ ਹੈ ਦਿੱਤੀ ਗਈ ਹੈ ਜੋ ਕਿ ਪੁਰਾਣਾ ਬਕਾਇਆ ਜਿੰਨਾ ਦਾ ਖੜਾ ਹੈ ਜੇਕਰ 2009-10 ਦੀ ਗੱਲ ਕਰੀਏ ਤਾਂ 25000 ਤੱਕ ਦੇ ਜਿਹੜੇ ਟੈਕਸ ਨੇ ਉਹ ਮਾਫ ਕੀਤੇ ਗਏ ਨੇ ਔਰ ਇਸੇ ਤਰ੍ਹਾਂ ਹੀ 2010 ਤੋਂ ਲੈ ਕੇ 2015 ਤੱਕ ਜਿਨ੍ਹਾਂ ਦੇ 10000 ਤੱਕ ਦੇ ਜਿਹੜੇ ਇਨਕਮ ਟੈਕਸ ਨੇ ਉਹਨਾਂ ਨੂੰ ਵੀ ਜਿਹੜਾ ਹੈ ਇਸ ਵਾਰ ਬਜਟ ਦੇ ਵਿੱਚ ਮਾਫ ਕਰ ਦਿੱਤਾ ਗਿਆ ਇਹ ਗੱਲ ਕਰ ਰਹੇ ਹਾਂ ਅਸੀਂ ਪੁਰਾਣੇ ਟੈਕਸਸ ਦੀ ਜੇਕਰ ਇਨ੍ਹਾਂ ਸਾਲਾਂ ਦੌਰਾਨ ਤੁਹਾਡਾ ਜਿਹੜਾ ਕੋਈ ਟੈਕਸ ਹੈ ਜੇਕਰ ਉਹ ਬਕਾਇਆ ਖੜਾ ਹੈ ਇਸ ਕਰਕੇ ਇਸ ਤੋਂ ਇਲਾਵਾ ਦੋਸਤੋ ਅੱਜ ਦੇ ਬਜਟ ਦੇ ਵਿੱਚ ਵੱਡੀ ਜਾਣਕਾਰੀ ਇਹ ਵੀ ਦਿੱਤੀ ਗਈ ਕਿ ਪਿਛਲੇ ਸਾਲ ਬਜਟ ਦਾ ਕਿੰਨਾ ਹਿੱਸਾ ਜਿਹੜਾ ਹੈ ਕਿੱਥੇ ਖਰਚਿਆ ਗਿਆ ਉਸੇ ਤਰ੍ਹਾਂ ਹੀ 20% ਹਿੱਸਾ ਜਿਹੜਾ ਹੈ ਉਹ ਸਟੇਟਸ ਦੇ ਜਿਹੜੇ ਟੈਕਸਿਸ ਦੇ ਸ਼ੇਅਰ ਨੇ ਉਹਨਾਂ ਨੂੰ ਦੇਣ ਦੇ ਵਿੱਚ ਸਰਕਾਰ ਦਾ ਖਰਚਾ ਉਸੇ ਤਰ੍ਹਾਂ ਹੀ 20% ਜਿੰਨੇ ਵੀ ਲੋਨ ਨੇ ਉਹਨਾਂ ਦੇ ਇੰਟਰਸਟ ਤੇ ਜਿਹੜਾ ਹੈ ਖਰਚ ਕੀਤਾ ਗਿਆ ਔਰ 16% ਜਿਹੜਾ ਹੈ ਸੈਂਟਰਲ ਸਕੀਮ ਦੇ ਉੱਪਰ ਖਰਚ ਕੀਤਾ ਗਿਆ ਜੇਕਰ ਅਰਨਿੰਗ ਦੀ ਗੱਲ ਕਰੀਏ ਕਮਾਈ ਦੀ ਗੱਲ ਕਰੀਏ ਤਾਂ ਸਰਕਾਰ ਨੂੰ ਵੱਡਾ ਹਿੱਸਾ 28% ਹਿੱਸਾ ਜਿਹੜਾ ਹੈ ਉਹ ਵਿਆਜ ਦਾ ਪ੍ਰਾਪਤ ਹੋਇਆ ਜਿਹੜੇ ਲੋਨ ਸਰਕਾਰ ਨੇ ਦਿੱਤੇ ਨੇ 19% ਇਨਕਮ ਟੈਕਸ ਤੋਂ ਰੀਸੀਵ ਹੋਇਆ ਔਰ 18% ਜੀਐਸਟੀ ਤੇ ਹੋਰ ਟੈਕਸਿਸ ਤੋਂ ਜਿਹੜੀ ਹੈ ਇਨਕਮ ਸਰਕਾਰ ਨੂੰ ਪਿਛਲੇ ਸਾਲ ਦੇ ਦੌਰਾਨ ਹੋਈ ਹੈ ਇਸ ਤੋਂ ਇਲਾਵਾ ਦੋਸਤੋ ਗੱਲ ਕਰੀਏ ਤਾਂ ਇੱਕ ਵੱਡੀ ਰਾਹਤ ਜਿਹੜੀ ਹੈ ਉਹ ਮਿਡਲ ਕਲਾਸ ਨੂੰ ਦੇਣ ਜਾ ਰਹੀ ਹੈ ਸਰਕਾਰ ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਜੋ ਪਿਛਲੇ ਸਾਲਾਂ ਦੇ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਹੈ ਇਸ ਸਹੂਲਤ ਦਿੱਤੀ ਗਈ ਸੀ ਸੋ ਇਸ ਵਾਰ ਬਜਟ ਦੇ ਵਿੱਚ ਇਹ ਐਲਾਨ ਕੀਤਾ ਗਿਆ ਕਿ ਪੂਰੇ ਦੇਸ਼ ਦੇ ਵਿੱਚ 2 ਕਰੋੜ ਦੇ ਕਰੀਬ ਜਿਹੜੇ ਲੋਕ ਨੇ ਉਹਨਾਂ ਨੂੰ ਪੱਕੇ ਘਰ ਜਿਹੜੇ ਨੇ ਉਹ ਬਣਾ ਕੇ ਦਿੱਤੇ ਜਾਣਗੇ ਔਰ ਇਸ ਸਕੀਮ ਦਾ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਾਲ ਦੇ ਵਿੱਚ ਐਲਾਨ ਕੀਤਾ ਜਾਵੇਗਾ ਔਰ 2 ਕਰੋੜ ਦੇ ਕਰੀਬ ਜਿਹੜੇ ਲੋਕਾਂ ਨੂੰ ਪੱਕੇ ਮਕਾਨ ਸਰਕਾਰ ਬਣਾ ਕੇ ਦੇਗੀ ਅੱਜ ਦੇ ਬਜਟ ਦੇ ਵਿੱਚ ਅਗਲਾ ਵੱਡਾ ਐਲਾਨ ਕੀਤਾ ਗਿਆ ਕਿ ਪੂਰੇ ਦੇਸ਼ ਦੇ ਵਿੱਚ 1 ਕਰੋੜ ਦੇ ਕਰੀਬ ਜਿਹੜੇ ਘਰ ਨੇ ਉਹਨਾਂ ਨੂੰ 300 ਯੂਨਟ ਪ੍ਰਤੀ ਮਹੀਨਾ ਫ੍ਰੀ ਦਿੱਤੇ ਜਾਣਗੇ ਰੂਫ ਟਾਪ ਸੋਲਰ ਦੇ ਰੂਪ ਦੇ ਵਿੱਚ ਉਹ ਇਸ ਦੀ ਪੂਰੀ ਰੂਪਰੇਖਾ ਜਿਹੜੀ ਹੈ ਉਹ ਹਜੇ ਜ਼ਾਹਰ ਨਹੀਂ ਕੀਤੀ ਗਈ ਪਰ ਇਹ ਐਲਾਨ ਜਿਹੜਾ ਹੈ ਅੱਜ ਦੇ ਬਜਟ ਦੇ ਵਿੱਚ ਜ਼ਰੂਰ ਨਿਰਮਲਾ ਸੀ타 ਰਮਨ ਜੀ ਨੇ ਕੀਤਾ ਹੈਲਥ ਸੈਕਟਰ ਦੇ ਵਿੱਚ ਵੀ ਜਿਹੜੀ ਹੈ ਵੱਡੀ ਰਾਹਤ ਜਿਹੜੇ ਨੇ ਵਿੱਤ ਮੰਤਰੀ ਨੇ ਐਲਾਨ ਕੀਤੀ ਹੈ ਕਿ ਵੱਦ ਤੋਂ ਵੱਧ ਹਸਪਤਾਲ ਜਿਹੜੇ ਨੇ ਹਸਪਤਾਲ ਅਗਲੇ ਸਾਲ ਜਿਹੜੇ ਨੇ ਉਹ ਬਣਾਏ ਜਾਣਗੇ ਇਸ ਵਾਰ ਦੇ ਬਜਟ ਦੇ ਵਿੱਚ ਅਲੋਕੇਸ਼ਨ ਜਿਹੜੀ ਕੀਤੀ ਗਈ ਹੈ ਔਰ ਆਯੁਸ਼ਮਨ ਭਾਰਤ ਸਕੀਮ ਦੇ ਤਹਿਤ ਹੁਣ ਆਸ਼ਾ ਵਰਕਰ ਤੇ ਆਂਗਣਵਾੜੀ ਵਰਕਰਾਂ ਨੂੰ ਵੀ ਜਿਹੜਾ ਹੈ ਸ਼ਾਮਲ ਕੀਤਾ ਜਾਵੇਗਾ ਤੇ ਉਹਨਾਂ ਨੂੰ ਰਾਹਤ ਦਿੱਤੀ ਜਾਵੇਗੀ ਔਰ ਇਸੇ ਤਰ੍ਹਾਂ 9 ਸਾਲ ਤੋਂ 14 ਸਾਲ ਦੀਆਂ ਲੜਕੀਆਂ ਨੂੰ ਸਰਵਾਈਕਲ ਕੈਂਸਰ ਦੇ ਫ੍ਰੀ ਜਿਹੜੇ ਵੈਕਸੀਨੇਸ਼ਨ ਨੇ ਉਹ ਕੀਤੇ ਜਾਣਗੇ ਸੋ ਇਹ ਵੀ ਐਲਾਨ ਜਿਹੜਾ ਹੈ ਅੱਜ ਦੇ ਬਜਟ ਦੇ ਵਿੱਚ ਕੀਤਾ ਗਿਆ ਅੱਜ ਦੇ ਬਜਟ ਦੇ ਵਿੱਚ ਇਹ ਵੀ ਐਲਾਨ ਕੀਤਾ ਗਿਆ ਕਿ ਜਿਹੜਾ ਫਿਸਕਲ ਡੈਫਿਸਿਟ ਹੈ ਉਸ ਨੂੰ ਆਉਣ ਵਾਲੇ ਸਾਲ ਦੇ ਵਿੱਚ 5.1 ਪ੍ਰਤੀਸ਼ਤ ਰੱਖਣ ਦਾ ਟਾਰਗੇਟ ਜਿਹੜਾ ਹੈ ਉਹ ਕੀਤਾ ਗਿਆ ਯਾਨੀ ਕਿ ਜੀਡੀਪੀ ਦਾ ਜਿਹੜਾ ਘਾਟਾ ਹੈ ਉਸ ਦੀ ਪ੍ਰਤੀਸ਼ਤ ਨੂੰ 5.1 ਪ੍ਰਤੀਸ਼ਤ ਤੋਂ نیچے ਰੱਖਿਆ ਜਾਵੇਗਾ ਰੇਲਵੇ ਨੂੰ ਲੈ ਕੇ ਵੀ ਵੱਡੇ ਐਲਾਨ ਜਿਹੜੇ ਨੇ ਅੱਜ ਬਜਟ ਦੇ ਵਿੱਚ ਕੀਤੇ ਗਏ ਕਿਹਾ ਗਿਆ ਕੇ ਜਿਹੜੇ ਸ਼ਹਿਰ ਨੇ ਉਹਨਾਂ ਨੂੰ ਮੈਟਰੋਜ਼ ਦੇ ਨਾਲ ਜੋੜਿਆ ਜਾਵੇਗਾ ਔਰ ਇਸ ਤੋਂ ਇਲਾਵਾ ਤਿੰਨ ਨਵੇਂ ਰੇਲਵੇ ਕੋਰੀਡੋਰ ਜਿਹੜੇ ਨੇ ਉਹ ਦੇਸ਼ ਦੇ ਵਿੱਚ ਵਿਛਾਏ ਜਾਣਗੇ ਪ੍ਰਾਈਵੇਟ ਸੈਕਟਰ ਨੂੰ ਵੀ ਸ਼ਾਮਿਲ ਕਰਨ ਦੇ ਲਈ ਇੱਕ ਵੱਡਾ ਐਲਾਨ ਅੱਜ ਕੀਤਾ ਗਿਆ ਪ੍ਰਾਈਵੇਟ ਸੈਕਟਰ ਦੇ ਵਿੱਚ ਲੋਨ ਦੇ ਲਈ 1 ਲੱਖ ਕਰੋੜ ਰੁਪਏ ਦੀ ਰਾਸ਼ੀ ਜਿਹੜੀ ਰੱਖੀ ਗਈ ਹੈ ਔਰ ਇਹ ਕਿਹਾ ਗਿਆ ਕਿ ਇੰਟਰਸਟ ਫ੍ਰੀ ਜਿਹੜਾ ਲੋਨ ਹੈ ਉਹ ਦਿੱਤਾ ਜਾਵੇਗਾ ਪ੍ਰਾਈਵੇਟ ਸੈਕਟਰ ਨੂੰ ਸ਼ਾਮਿਲ ਕਰਨ ਦੇ ਲਈ ਇਸੇ ਤਰ੍ਹਾਂ ਹੀ ਦੁੱਧ ਤੇ ਦੁੱਧ ਦੇ ਨਾਲ ਵੰਡ ਵਾਲੀਆਂ ਵਸਤੂਆਂ ਦੇ ਉਤਪਾਦਨ ਦੇ ਵਿੱਚ ਵੀ ਵਾਧਾ ਕਰਨ ਦੇ ਲਈ ਜਿਹੜੇ ਨੇ ਪਲਾਨ ਇਸ ਵਾਰ ਦੇ ਬਜਟ ਦੇ ਵਿੱਚ ਬਣਾਏ ਗਏ ਨੇ ਈਵੀ ਖੇਤਰ ਦਾ ਜਿਹੜਾ ਇਕੋਸਿਸਟਮ ਹੈ ਉਸ ਨੂੰ ਵੀ ਜਿਹੜਾ ਹੈ ਉਹ ਸਟਰੈਂਥਨ ਕੀਤਾ ਜਾਵੇਗਾ ਉਸ ਨੂੰ ਵਿਧਾਇਆ ਜਾਵੇਗਾ ਯਾਨੀ ਕਿ ਇਲੈਕਟ੍ਰੀਕਲ ਵੀਕਲਸ ਦੀ ਜਿਹੜੀ ਹੈ ਸਰਕਾਰ ਨੇ ਗੱਲ ਕੀਤੀ ਹੈ ਚਾਹੇ ਉਹ ਦੋ ਪਹੀਆ ਵਾਹਨ ਨੇ ਜਾਂ ਫਿਰ ਚਾਰ ਪਹੀਆ ਵਾਹਨ ਨੇ EV ਯਾਨੀ ਕਿ ਬਿਜਲੀ ਦੇ ਨਾਲ ਚੱਲਣ ਵਾਲੇ ਜਿਹੜੇ ਨੇ ਸਾਧਨ ਨੇ ਉਹਨਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ ਉਹਨਾਂ ਦਾ ਨੈਟਵਰਕ ਜਿਹੜਾ ਹੈ ਦੇਸ਼ ਦੇ ਵਿੱਚ ਵਿਛਾਇਆ ਜਾਵੇਗਾ ਔਰ ਇਹ ਵੀ ਕਿਹਾ ਗਿਆ ਕਿ ਜਿਹੜੀ ਪਬਲਿਕ ਟਰਾਂਸਪੋਰਟ ਹੈ ਯਾਨੀ ਕਿ ਬੱਸਸਿਸ ਨੇ ਉਹਨਾਂ ਨੂੰ ਵੀ EV ਯਾਨੀ ਕਿ ਇਲੈਕਟ੍ਰੀਕਲ ਵੀਕਲ ਬਣਾਇਆ ਜਾਵੇਗਾ ਸੋ EV ਨੂੰ ਲੈ ਕੇ ਵੀ ਵੱਡੇ ਪਲਾਨ ਜਿਹੜੇ ਨੇ ਇਸ ਵਾਰ ਦੇ ਬਜਟ ਦੇ ਵਿੱਚ ਰੱਖੇ ਗਏ ਨੇ ਮੈਂ ਦੱਸਦਾ ਕਿ ਇਸ ਵਾਰ ਦਾ ਜਿਹੜਾ ਬਜਟ ਹੈ ਉਹ ਸੰਪੂਰਨ ਨਹੀਂ ਹੈ ਪੂਰਾ ਨਹੀਂ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ 2 ਮਹੀਨੇ ਦੇ ਦੌਰਾਨ ਜਿਹੜੀਆਂ ਨੇ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਫਿਰ ਇਸ ਤੋਂ ਬਾਅਦ ਜਿਹੜੀ ਵੀ ਸਰਕਾਰ ਬਣਦੀ ਹੈ ਨਵੀਂ ਸਰਕਾਰ ਸੰਪੂਰਨ ਬਜਟ ਜਿਹੜਾ ਹੈ 2024-25 ਦਾ ਉਹ ਜਾਰੀ ਕਰੇਗੀ ਪਰ ਫਿਲਹਾਲ ਇਸ ਵਾਰ ਦੇ ਬਜਟ ਦੇ ਵਿੱਚ ਆਮ ਲੋਕਾਂ ਦੀ ਜ਼ਿਕਰ ਗੱਲ ਕਰੀਏ ਤਾਂ ਟੈਕਸ ਦੇ ਵਿੱਚ ਕੋਈ ਰਾਹਤ ਨਹੀਂ ਇਸ ਵਾਰ ਜਿਹੜੀ ਹੈ ਐਲਾਨ ਕੀਤੀ ਗਈ ਜਿਹੜੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਉਸ ਨੂੰ ਮੋੜ ਸੁਰਜੀਤ ਕਰਨ ਦਾ ਐਲਾਨ ਕੀਤਾ ਗਿਆ ਪ੍ਰਾਈਵੇਟ ਸੈਕਟਰ ਦੇ ਵਿੱਚ ਬਿਨਾ ਇੰਟਰਸਟ ਤੋਂ ਬਿਨਾ ਵਿਆਜ ਤੋਂ ਲੋਨ ਦੇਣ ਦੀ ਗੱਲ ਜਿਹੜੀ ਆ ਕਹੀ ਗਈ ਹੈ ਰੂਫ ਟਾਪ ਸੋਲਰ ਸਿਸਟਮ ਦੇ ਰਾਹੀਂ ਜਿਹੜੀ ਆ ਘਰਾਂ ਦੇ ਵਿੱਚ ਫ੍ਰੀ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਹੈ ਔਰ ਹੈਲਥ ਸੈਕਟਰ ਦੇ ਵਿੱਚ ਵੀ ਕਿਹਾ ਗਿਆ ਕਿ ਨਵੇਂ ਹਸਪਤਾਲ ਤੇ ਨਵੇਂ ਮੈਡੀਕਲ ਕਾਲਜ ਜਿਹੜੇ ਨੇ ਉਹ ਬਣਾਏ ਜਾਣਗੇ ਔਰ ਇਸੇ ਤਰ੍ਹਾਂ ਹੀ ਈਵੀ ਜਿਹੜਾ ਸਿਸਟਮ ਹੈ ਈਵੀ ਇਕੋਸਿਸਟਮ ਨੂੰ ਵੀ ਜਿਹੜਾ ਹੈ ਦੇਸ਼ ਦੇ ਵਿੱਚ ਵਿਧਾਇਆ ਜਾਵੇਗਾ ਔਰ ਛੋਟੇ ਸ਼ਹਿਰਾਂ ਨੂੰ ਮੈਟਰੋਜ਼ ਦੇ ਨਾਲ ਜੋੜਿਆ ਜਾਵੇਗਾ ਸਵਾਸ ਕਰਦੇ ਹਾਂ ਦੋਸਤੋ ਕਿ ਅੱਜ ਦੀ ਵੀਡੀਓ ਤੇ ਅਪਡੇਟ ਤੁਹਾਨੂੰ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਤੇ ਆ ਰਹੀਆਂ ਵੀਡੀਓ ਤੁਹਾਨੂੰ ਵਧੀਆ ਲੱਗ ਰਹੀਆਂ ਤਾਂ ਸਾਡਾ ਚੈਨਲ ਵੀ ਸਬਸਕ੍ਰਾਈਬ ਕਰਦੇ ਹੋ ਬਸ ਇਸੇ ਤਰ੍ਹਾਂ ਹੀ ਜੁੜੇ ਰਹੋ ਇਸੇ ਤਰ੍ਹਾਂ ਹੀ ਸਾਡਾ ਹੌਸਲਾ ਵ